ਗਰੀਬ। ਦੋਸਤੋ, ਸਿੱਧੂ ਮੂਸੇਵਾਲੇ ਦਾ ਓਲਡ ਸਕੂਲ ਗਾਣਾ ਤਾਂ ਤੁਸੀਂ ਸਾਰੇ ਸੁਣ ਹੀ ਚੁੱਕੇ ਹੋਵੋਗੇ। ਇਹ ਤਾਂ ਸਾਰੀ ਦੁਨੀਆ ਨੂੰ ਪਤਾ ਹੀ ਹੈ ਕਿ ਸਿੱਧੂ ਮੂਸੇਵਾਲਾ ਤੇ ਕਰਨ ਔਜਲਾ ਵਿਚਕਾਰ ਕੋਈ ਨਾ ਕੋਈ ਵਿਵਾਦ ਚੱਲਦਾ ਰਹਿੰਦਾ ਹੈ, ਪਰ ਇਹਨਾਂ ਸਭ ਕੰਟਰੋਵਰਸੀਆਂ ਦੇ ਬਾਵਜੂਦ ਕਰਨ ਔਜਲਾ ਦੀਪ ਜਾਂਡੂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਤੇ ਜਿਸ ਵਿੱਚ ਉਹ ਸਿੱਧੂ ਮੂਸੇਵਾਲੇ ਦੇ ਨਵੇਂ ਗਾਣੇ ਓਲਡ ਸਕੂਲ ਉੱਤੇ ਨੱਚਦੇ ਦਿਖਾਈ ਦੇ ਰਹੇ ਹਨ। ਤੇ ਦੂਸਰੇ ਪਾਸੇ ਸਿੱਧੂ ਮੂਸੇਵਾਲੇ ਨੇ ਵੀ ਲਾਈਵ ਹੋ ਕੇ ਆਪਣੇ ਫੈਨਸ ਤੋਂ ਪੁੱਛਿਆ ਸੀ ਕਿ ਉਹਨਾਂ ਨੂੰ ਓਲਡ ਸਕੂਲ ਗਾਣਾ ਕਿਵੇਂ ਦਾ ਲੱਗਿਆ ਤੇ ਨਾਲ ਹੀ ਆਪਣੀ ਜਵਾਨੀ ਨਸੀਬ ਦਾ ਰੈਪ ਵੀ ਗਾਇਆ ਸੀ। ਦੋਸਤੋ, ਤੁਹਾਡੀ ਜਾਣਕਾਰੀ ਜਿਹੜੀ ਦੱਸਦੀ ਹੈ ਕਿ ਕਰਨ ਔਜਲਾ ਨੇ ਆਪਣੇ ਇੱਕ ਇੰਟਰਵਿਊ ਵਿੱਚ ਵੀ ਕਿਹਾ ਸੀ ਕਿ ਸਿੱਧੂ ਮੂਸੇਵਾਲਾ ਗਾਣੇ ਬਹੁਤ ਵਧੀਆ ਲਿਖਦਾ ਤੇ ਗਾਉਂਦਾ ਹੈ, ਪਰ ਉਸ ਵਿੱਚ ਥੋੜੀ ਬਹੁਤੀ ਈਗੋ ਪ੍ਰੋਬਲਮ ਜ਼ਰੂਰ ਹੈ। ਤੇ ਜਿਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਕਰਨ ਔਜਲਾ ਬੇਸ਼ੱਕ ਸਿੱਧੂ ਮੂਸੇਵਾਲੇ ਨਾਲ ਵਿਵਾਦਾਂ ਵਿੱਚ ਘਿਰੇ ਰਹਿਣ, ਪਰ ਉਹ ਉਸਦੇ ਗਾਣਿਆਂ ਨੂੰ ਜ਼ਰੂਰ ਪਸੰਦ ਕਰਦੇ ਹਨ। ਤੇ ਦੂਸਰੇ ਪਾਸੇ ਦੀਪ ਜਾਂਡੂ, ਜੋ ਕਿ ਜ਼ਿਆਦਾਤਰ ਕਰਨ ਔਜਲਾ ਦੇ ਨਾਲ ਹੀ ਰਹਿੰਦਾ ਹੈ, ਉਸ ਨੇ ਵੀ ਕਰਨ ਔਜਲਾ ਦੇ ਨਾਲ ਨੱਚ ਕੇ ਸਿੱਧੂ ਮੂਸੇਵਾਲੇ ਦੇ ਗਾਣੇ ਨੂੰ ਵਧੀਆ ਦੱਸਿਆ ਹੈ। ਹਵਜੀ ਮਾਤਾ ਪਹਿਲਾਂ ਤੋਂ ਹੀ ਸਿੱਧੂ ਮੂਸੇਵਾਲੇ ਦਾ ਫੈਨ ਹੈ। ਦੋਸਤੋ, ਤੁਸੀਂ ਕਿਹੜੇ ਸਿੰਗਰ ਦੇ ਕੱਟੜ ਫੈਨ ਹੋ, ਸਿੱਧੂ ਮੂਸੇਵਾਲਾ ਜਾਂ ਕਰਨ ਔਜਲਾ, ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਪੋਰਟ ਜ਼ਰੂਰ ਕਰਿਓ। ਧੰਨਵਾਦ।